ਅੱਜ ਸਾਡੇ ਚੌਕੀਦਾਰ ਦੇ ਐਸਆਈ ਹਰਜਿੰਦਰ ਸਿੰਘ ਗਹਿਰੀ ਮੰਡੀ ਸੂਚਨਾ ਮਿਲੀ ਸੀ ਇੱਕ ਬੰਨੇ ਜਸ਼ਨਪ੍ਰੀਤ ਸਾਜਨ ਤੇ ਦੂਜੇ ਬੰਨੇ ਜਗਜੀਤ ਹੋਰੇ ਆ, ਉਹ ਇਹਨਾਂ ਦਾ ਤਕਰਾਰ ਹੋਇਆ ਸੀ ਤੇ ਜਿਹੜੇ ਜਸ਼ਨਪ੍ਰੀਤ ਆ ਇਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਚਾਰ ਪੰਜ ਮੁੰਡੇ ਕੋਈ ਲੜਕੇ ਵਾਲਿਆਂ ਦੇ ਘਰ ਹਮਲਾ ਕਰਦੀ ਪੈ ਰਹੀ ਸੀ। ਜਦੋਂ ਖਬਰ ਮਿਲੀ ਤਾਂ ਇਹਨਾਂ ਨੇ ਨਾਕਾਬੰਦੀ ਕੀਤੀ। ਨਾਕਾਬੰਦੀ ਦੇ ਜਸ਼ਨਪ੍ਰੀਤ ਆਕਾਸ਼ਦੀਪ ਜਿਹੜੇ ਮੌਕੇ ਤੇ ਉਹ ਗ੍ਰਿਫ਼ਤਾਰ ਕੀਤੇ ਆ ਜੀ, ਉਹਨਾਂ ਦੇ ਕੋਲੋਂ ਇੱਕ ਪਿਸਤੌਲ 30 ਹੋਰ ਨਜਾਇਜ਼ ਬਰਾਮਦ ਹੋਇਆ, ਨਾਲ ਕਾਟਰੇਜ ਤੇ ਉਹਦਾ ਮੈਗਜ਼ੀਨ। ਤੇ ਉਹਨਾਂ ਦੀ ਪੁੱਛਗਿੱਛ ਤੇ ਪਤਾ ਲੱਗਾ ਵੀ ਇਹ ਸਾਜਨ ਤੇ ਕਰਮਜੀਤ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਨੇ ਇਹ ਲਿਆ ਸੀਗਾ। ਇਹਦੀ ਬਾਰੇ ਵੈਰੀਫਾਈ ਕਰ ਰਹੇ ਆ ਇਹ ਪਿਸਤਲ ਜਿਹੜਾ ਨਜਾਇਜ਼ ਹੈ ਕਿੱਥੋਂ ਆਇਆ, ਇਹਨਾਂ ਦਾ ਪੂਰਾ ਰਿਕਾਰਡ ਪਿਛੋਕੜ ਰਿਕਾਰਡ ਅਸੀਂ ਘੋਖ ਕਰ ਰਹੇ ਹਾਂ ਜੋ ਇੱਕ ਨਜਾਇਜ਼ ਪਿਸਤਲ ਲਈ ਫਿਰਦੇ ਆ। ਪਿਛੋਕੜ ਰਿਕਾਰਡ ਦੇ ਇਹਨਾਂ ਦਾ ਮੈਂ ਚੰਗਾ ਨਹੀਂ ਸਮਝਦਾ। ਬਾਕੀ ਇਹ ਵੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਤੇ ਸਰਕਾਰ ਵੱਲੋਂ ਵੀ ਜੋ ਹਦਾਇਤਾਂ ਨੇ, ਜਿਹੜੇ ਇਹੋ ਜਿਹੇ ਮਾੜੇ ਅਨਸਰ ਨੇ ਚਾਹੇ ਉਹ ਅਸਲਾ ਲਈ ਫਿਰਦੇ ਨੇ ਚਾਹੇ ਡਰੱਗ ਵੇਚਦੇ ਨੇ, ਬਿਲਕੁਲ ਨਹੀਂ ਬਖਸ਼ੇ ਜਾਣਗੇ ਜੀ। ਸਾਨੂੰ ਤੁਹਾਡੇ ਪਬਲਿਕ ਦੇ ਸਾਥ ਦੀ ਲੋੜ ਆ ਜੀ। ਇਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ ਜਿਵੇਂ ਪਹਿਲਾਂ ਨਜਿੱਠਿਆ ਸੀ, ਇਸ ਤਰ੍ਹਾਂ ਹੀ ਹੁਣ ਸਖਤੀ ਨਾਲ ਨਜਿੱਠਿਆ ਜਾਏਗਾ ਜੀ। ਨਸ਼ਾ ਇਹ ਹੁਣ ਮੈਂ ਫਿਲਹਾਲ ਅਰੈਸਟ ਪਾਈ ਆ, ਇਹਨਾਂ ਦਾ ਰਿਮਾਂਡ ਲਵਾਂਗੇ ਜੀ। ਰਿਮਾਂਡ ਦੇ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਟੈਸਟ ਕਰਾਂਗੇ, ਟੈਸਟ ਕਰਵਾਵਾਂਗੇ ਔਰ ਚੈੱਕ ਕਰਾਂਗੇ ਵੀ ਕੀ ਹੈਗਾ। ਜੇ ਨਸ਼ੇ ਦੇ ਆਦੀ ਹੋਣਗੇ ਜਾਂ ਨਸ਼ਾ ਵੇਚਦੇ ਹੋਣਗੇ ਤੇ ਉਸ ਐਂਗਲ ਤੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਂਗੇ ਵੀ ਕਿੱਥੋਂ ਬਣਾਈਆਂ ਵਾ। ਤੇ ਅਗਰ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਤਾਂ ਬਕਾਇਦਾ ਉਹ ਸੀਜ਼ ਔਰ ਫ੍ਰੀਜ਼ ਹੋਣਗੀਆਂ ਜੀ। ਅੱਜ ਸਾਡੇ ਚੌਕੀਦਾਰ ਦੇ ਐਸਆਈ ਹਰਜਿੰਦਰ ਸਿੰਘ ਗਹਿਰੀ ਮੰਡੀ ਸੂਚਨਾ ਮਿਲੀ ਸੀ ਇੱਕ ਬੰਨੇ ਜਸ਼ਨਪ੍ਰੀਤ ਸਾਜਨ ਤੇ ਦੂਜੇ ਬੰਨੇ ਜਗਜੀਤ ਹੋਰੇ ਆ, ਉਹ ਇਹਨਾਂ ਦਾ ਤਕਰਾਰ ਹੋਇਆ ਸੀ ਤੇ ਜਿਹੜੇ ਜਸ਼ਨਪ੍ਰੀਤ ਆ ਇਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਚਾਰ ਪੰਜ ਮੁੰਡੇ ਕੋਈ ਲੜਕੇ ਵਾਲਿਆਂ ਦੇ ਘਰ ਹਮਲਾ ਕਰਦੀ ਪੈ ਰਹੀ ਸੀ। ਜਦੋਂ ਖਬਰ ਮਿਲੀ ਤਾਂ ਇਹਨਾਂ ਨੇ ਨਾਕਾਬੰਦੀ ਕੀਤੀ। ਨਾਕਾਬੰਦੀ ਦੇ ਜਸ਼ਨਪ੍ਰੀਤ ਆਕਾਸ਼ਦੀਪ ਜਿਹੜੇ ਮੌਕੇ ਤੇ ਉਹ ਗ੍ਰਿਫ਼ਤਾਰ ਕੀਤੇ ਆ ਜੀ, ਉਹਨਾਂ ਦੇ ਕੋਲੋਂ ਇੱਕ ਪਿਸਤੌਲ 30 ਹੋਰ ਨਜਾਇਜ਼ ਬਰਾਮਦ ਹੋਇਆ, ਨਾਲ ਕਾਟਰੇਜ ਤੇ ਉਹਦਾ ਮੈਗਜ਼ੀਨ। ਤੇ ਉਹਨਾਂ ਦੀ ਪੁੱਛਗਿੱਛ ਤੇ ਪਤਾ ਲੱਗਾ ਵੀ ਇਹ ਸਾਜਨ ਤੇ ਕਰਮਜੀਤ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਨੇ ਇਹ ਲਿਆ ਸੀਗਾ। ਇਹਦੀ ਬਾਰੇ ਵੈਰੀਫਾਈ ਕਰ ਰਹੇ ਆ ਇਹ ਪਿਸਤਲ ਜਿਹੜਾ ਨਜਾਇਜ਼ ਹੈ ਕਿੱਥੋਂ ਆਇਆ, ਇਹਨਾਂ ਦਾ ਪੂਰਾ ਰਿਕਾਰਡ ਪਿਛੋਕੜ ਰਿਕਾਰਡ ਅਸੀਂ ਘੋਖ ਕਰ ਰਹੇ ਹਾਂ ਜੋ ਇੱਕ ਨਜਾਇਜ਼ ਪਿਸਤਲ ਲਈ ਫਿਰਦੇ ਆ। ਪਿਛੋਕੜ ਰਿਕਾਰਡ ਦੇ ਇਹਨਾਂ ਦਾ ਮੈਂ ਚੰਗਾ ਨਹੀਂ ਸਮਝਦਾ। ਬਾਕੀ ਇਹ ਵੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਤੇ ਸਰਕਾਰ ਵੱਲੋਂ ਵੀ ਜੋ ਹਦਾਇਤਾਂ ਨੇ, ਜਿਹੜੇ ਇਹੋ ਜਿਹੇ ਮਾੜੇ ਅਨਸਰ ਨੇ ਚਾਹੇ ਉਹ ਅਸਲਾ ਲਈ ਫਿਰਦੇ ਨੇ ਚਾਹੇ ਡਰੱਗ ਵੇਚਦੇ ਨੇ, ਬਿਲਕੁਲ ਨਹੀਂ ਬਖਸ਼ੇ ਜਾਣਗੇ ਜੀ। ਸਾਨੂੰ ਤੁਹਾਡੇ ਪਬਲਿਕ ਦੇ ਸਾਥ ਦੀ ਲੋੜ ਆ ਜੀ। ਇਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ ਜਿਵੇਂ ਪਹਿਲਾਂ ਨਜਿੱਠਿਆ ਸੀ, ਇਸ ਤਰ੍ਹਾਂ ਹੀ ਹੁਣ ਸਖਤੀ ਨਾਲ ਨਜਿੱਠਿਆ ਜਾਏਗਾ ਜੀ। ਨਸ਼ਾ ਇਹ ਹੁਣ ਮੈਂ ਫਿਲਹਾਲ ਅਰੈਸਟ ਪਾਈ ਆ, ਇਹਨਾਂ ਦਾ ਰਿਮਾਂਡ ਲਵਾਂਗੇ ਜੀ। ਰਿਮਾਂਡ ਦੇ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਟੈਸਟ ਕਰਾਂਗੇ, ਟੈਸਟ ਕਰਵਾਵਾਂਗੇ ਔਰ ਚੈੱਕ ਕਰਾਂਗੇ ਵੀ ਕੀ ਹੈਗਾ। ਜੇ ਨਸ਼ੇ ਦੇ ਆਦੀ ਹੋਣਗੇ ਜਾਂ ਨਸ਼ਾ ਵੇਚਦੇ ਹੋਣਗੇ ਤੇ ਉਸ ਐਂਗਲ ਤੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਂਗੇ ਵੀ ਕਿੱਥੋਂ ਬਣਾਈਆਂ ਵਾ। ਤੇ ਅਗਰ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਤਾਂ ਬਕਾਇਦਾ ਉਹ ਸੀਜ਼ ਔਰ ਫ੍ਰੀਜ਼ ਹੋਣਗੀਆਂ ਜੀ।